ਨਾਮ ਬੱਚੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਹਜ਼ਾਰੀ ਜੱਗ ਨਾ ਕੋਈ ਫਿਰ ਰਿਹਾ ਦੇ ਮਾਂ ਵਾਸਤੇ ਸਾਥ ਸਾਡੇ ਸਤਿਕਾਰ ਜੋ ਮਾਤਾ ਦਲਜੀਤ ਕੌਰ ਜੀ ਸੁਵਾਸਾਂ ਦੀ ਜੋ ਪੂੰਜੀ ਪਰਮਾਤਮਾ ਪਾਸੋਂ ਲੈ ਕੇ ਆਏ ਸਨ ਉਹ ਭੋਗ ਕੇ ਚਲੇ ਗਏ ਹਾਲੇ ਰੋਕੋ ਬੋਲ ਰਹੇ ਹਾਂ ਪਾਠ ਕਰੋ ਉਹ ਭੋਗ ਕੇ ਚਲੇ ਗਏ ਪਰ ਪਿੱਛੇ ਛੱਡ ਕੇ ਆਪਣੀ ਜ਼ਿੰਦਗੀ ਭਰ ਦੀਆਂ ਕੀਤੀਆਂ ਕਾਲਨਾਵਾਂ ਦਾ ਬਹੁਤ ਵੱਡਾ ਪਤਾ ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਮਨੁੱਖਾਂ ਦੀ ਗੁਰੂ ਫਤਿਹ ਸਾਡੇ ਕੋਲ ਇੱਥੇ ਪਹੁੰਚੇ ਨੇ ਸਰਦਾਰ ਕਸ਼ਮੀਰ ਸਿੰਘ ਜੀ ਸਰਪੰਚ ਗਗੜੇਵਾਲ ਸਰਦਾਰ ਪਰਗਿੰਦਰ ਸਿੰਘ ਜੀ ਸਰਪੰਚ ਮੀਆਂਵਿੰਡ ਔਰ ਪੱਤਰਕਾਰ ਵੀ ਸਾਡੇ ਕੋਲ ਪਹੁੰਚੇ ਨੇ ਅਮਰਪਾਲ ਜੀ ਖਹਿਰਾ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਸਾਥੀ ਔਰ ਹੋਰ ਵੀ ਮੀਡੀਆ ਵਾਲੇ ਟੀ ਵੀ ਚੈਨਲ ਵਾਲੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਹੁਣ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਜਿਹਨਾਂ ਆਣ ਕੇ ਇਸ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਵਾ ਔਰ ਫਿਰ ਸਾਰੀ ਆਈ ਹੋਈ ਸੰਗਤ ਦਾ ਸਾਡੇ ਸਤਿਕਾਰਯੋਗ ਸੁਖਦੇਵ ਸਿੰਘ ਜੀ ਸਰਪੰਚ ਸਰਾਂ ਤਲਵੰਡੀ ਸਰਦਾਰ ਗੱਜਣ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਇੱਥੇ ਆਏ ਨੇ ਸਰਦਾਰ ਪਰਮਜੀਤ ਸਿੰਘ ਜੀ ਉਹਨਾਂ ਨੂੰ ਇੱਥੇ ਹੁਣ ਤੇ ਪਰਮਜੀਤ ਸਿੰਘ ਸਰਪੰਚ ਸਰਾਂ ਤਲਵੰਡੀ ਪਰਮਜੀਤ ਸਿੰਘ ਜੀ ਸਰਪੰਚ ਪਿੰਡ ਦੇਲਾਵਾਲ ਉਹ ਵੀ ਇੱਥੇ ਆਏ ਨੇ ਜਗਤਾਰ ਸਿੰਘ ਬੋਦੇਵਾਲ ਸਰਦਾਰ ਮੇਰੇ ਬਹੁਤ ਹੀ ਪਰਮ ਮਿੱਤਰ ਸਰਦਾਰ ਸੁਲੱਖਣ ਸਿੰਘ ਜੀ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਤੇ ਮਹਾਂਪੁਰਸ਼ਾਂ ਦੀ ਕਿਰਪਾ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੀਰਤਨ ਜ਼ਰੂਰ ਹੈ ਤੇ ਕਥਾ ਜ਼ਰੂਰੀ ਹੋਣੀ ਚਾਹੀਦੀ ਹੈ ਪ੍ਰਾਣੀ ਦੇ ਮਗਰ ਇਹ ਦੋਵੇਂ ਪਹਿਲੂ ਕਥਾ ਵੀ ਹੋ ਗਈ ਪਰ ਕੀਰਤਨ ਵੀ ਹੋਏਗਾ ਸਾਰਿਆਂ ਨੇ ਕਾਰਨ ਸੁਣਨਾ ਸ਼ੁਰੂ ਕਰਨਾ ਜਿੱਥੇ ਜਿੱਥੇ ਬੈਠੇ Thank you.
जीओ आए कहां
ਸ਼ਬਦ ਗੁਰੂ ਚਬਰ ਤਖਤ ਸ਼ਕਤ ਦੇ ਮਾਲਕ ਗਿਆਨ ਦੇ ਮਹਾਸਾਗਰ ਸਤਿਗੁਰੂ ਭਗਤ ਵਸ਼ਨ ਅਨਾਥਾਂ ਦੇ ਨਾਲ ਸਰਬ ਸੁਆਸਾਂ ਦੀ ਬੋਲੀ ਨੂੰ ਭੋਗ ਕੇ ਸੰਸਾਰ ਦੀ ਯਾਤਰਾ ਨੂੰ ਸਮੇਟ ਕੇ ਕੁਟੰਬ ਨੂੰ ਸਦੀਵੀ ਕਾਲ ਵਿਛੋੜਾ ਦੇ ਕੇ ਪਰਲੋਕ ਗਮਨ ਕਰ ਗਏ ਸਨ। ਸੰਗਤੀ ਰੂਪ ਵਿੱਚ ਆਪਾਂ ਸਾਰੇ ਪਰਿਵਾਰ ਦੀ ਆਤਮਿਕ ਅਡੋਲਤਾ ਵਿਛੜ ਚੁੱਕੀ ਆਤਮਾ ਦੀ ਪਰਮਾਤਮਾ ਨਾਲ ਅਭੇਦਤਾ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀਨਤਾ ਸਹਿਤ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੋਦ ਅੰਦਰ ਆਪ ਜੀ ਨੇ ਸਾਹਿਬਾਂ ਦੇ ਪਾਵਨ ਵਚਨ ਕੀਰਤਨ ਰੂਪ ਵਿੱਚ ਸਾਂਝੇ ਕੀਤੇ। ਦੋ ਤਰ੍ਹਾਂ ਦੀ ਕਥਾ ਹੈ, ਦੋ ਹੀ ਰੰਗ ਨੇ, ਤੀਜੀ ਗੱਲ ਕੋਈ ਨਹੀਂ। ਕਥਾ ਜਦੋਂ ਵੀ ਚੱਲੇਗੀ ਸੰਸਾਰ ਦੀ ਜਾਂ ਨਿਰੰਕਾਰ ਦੀ, ਮਨੁੱਖ ਦੀ, ਪਰਮੇਸ਼ਰ ਦੀ, ਧਰਮ ਦੀ, ਅਧਰਮ ਦੀ, ਇਮਾਨਦਾਰੀ ਦੀ, ਬੇਈਮਾਨੀ ਦੀ ਜਾਂ ਗੁਰਮਤ ਦੀ, ਮਨ ਮਤ ਦੀ, ਤੀਸਰੀ ਕੋਈ ਕਥਾ ਨਹੀਂ। ਰੰਗ ਵੀ ਦੋ ਹੀ, ਜਨਮ ਤਾਂ ਮਰਨ, ਅਰਖਣ ਤਾਂ ਸੋਗਨ। ਚਾਰ ਕੁ ਵਰਿਆਂ ਦਾ ਬੱਚਾ ਸਭ ਨੂੰ ਪਛਾਣਨ ਲੱਗ ਜਾਂਦਾ ਹੈ, 70 ਕੁ ਵਰਿਆਂ ਦਾ ਸਾਰਿਆਂ ਦੀ ਪਛਾਣ ਭੁੱਲ ਜਾਂਦੀ। ਜਵਾਨੀ ਮਿਲੀ, ਬੁਢੇਪਾ ਵੀ ਆ, ਮਿਲਾਪ ਹੋਇਆ, ਵਿਛੋੜਾ ਵੀ ਪਿਆ। ਜਿੱਦਣ ਜੰਮਿਆ ਸੈ ਉਦਣ ਵੀ 2.5 ਕਿਲੋ ਹੀ ਹੈ, ਜਿੱਦਣ ਫੁੱਲ ਤਾਰੀ ਸੀ ਉਦਣ ਵੀ 2.5 ਕਿਲੋ। ਇੱਕ ਸਾਲ ਤੀਸਰੀ ਕੋਈ ਕਥਾ ਇਹ ਸੱਚ ਹੈ। ਇਸ ਸੱਚ ਨੂੰ ਕਦੇ ਕੋਈ ਬਦਲ ਨਹੀਂ ਸਕਦਾ। ਬੇਸ਼ੱਕ ਦੁਨੀਆਂ ਦੀ ਬਹੁਤਾਤ ਤੋਂ ਗਿਣਤੀ ਹੈ, ਇੱਕ ਜਨਮ ਨੂੰ ਮਾੜਾ ਕਹਿ ਕੇ ਮਰਨ ਨਾਲ ਜੁੜਿਆ ਹੋਇਆ, ਇੱਕ ਮਰਨ ਨੂੰ ਮਾੜਾ ਸਮਝ ਕੇ ਜਨਮ ਨਾਲ ਜੁੜਿਆ ਹੋਇਆ। ਪਰ ਦੋਵੇਂ ਰੋਗੀ, ਜੋ ਜੋ ਦੀਸ ਹੈ ਸੋ ਸੋ ਰੋਗੀ। ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ, ਕਿਸ ਭੈ ਖੋਲੋ ਬੈਂਕੜੀ, ਦੁਖੀ ਭਰ ਆਇਆ ਇਸ ਦੁੱਖ ਤੋਂ ਕੋਈ ਬਚਿਆ ਨਹੀਂ। ਜਿੱਥੇ ਮਰਜ਼ੀ ਜਾਓ, ਜਿਹਨੂੰ ਮਰਜ਼ੀ ਪੁੱਛੋ, ਇੱਕ ਰਾਜੇ ਨੂੰ ਪੁੱਛੋ, ਇੱਕ ਭਿਖਾਰੀ ਨੂੰ ਪੁੱਛੋ, ਇੱਕ ਸੰਤ ਨੂੰ ਪੁੱਛੋ, ਇੱਕ ਅਸੰਤ ਨੂੰ ਪੁੱਛੋ, ਜਿਹਨੂੰ ਗਿਆਨ ਕੋਈ ਨਹੀਂ। ਪਰ ਦੋਵੇਂ ਰੋਗੀ ਫਸੇ ਹੋਏ, ਇੱਕ ਜਨਮ ਤੋਂ ਭੱਜ ਰਿਹਾ ਹੈ, ਇੱਕ ਮਰਨ ਤੋਂ ਭੱਜ ਰਿਹਾ ਹੈ। ਇੱਕ ਕਹਿੰਦਾ ਜਨਮ ਕਰਕੇ ਮੌਤ ਹੋਈ, ਚੇਤਨਤਾ ਕਰਕੇ ਅਚੇਤ ਪੁਣਾ ਵੇਖਿਆ, ਖੁਸ਼ੀ ਕਰਕੇ ਗਮੀ ਵੇਖਣੀ ਹੈ। ਅਸੀਂ ਖੁਸ਼ੀ ਦਾ, ਜਵਾਨੀ ਦਾ, ਗਿਆਨ ਦਾ, ਚੇਤਨਤਾ ਦਾ ਮੋਹ ਨਹੀਂ ਵੇਖਣਾ ਕਿ ਸਾਨੂੰ ਦੂਜਾ ਦੁੱਖ ਨਾ ਵੇਖਣਾ ਪਏ। ਇੱਕੋ ਨਹੀਂ, ਇੱਕ ਕਹਿੰਦੇ ਜੀ ਜਨਮ ਤਾਂ ਠੀਕ ਹੈ, ਮੌਤ ਠੀਕ ਤਾਂ। ਮਨੁੱਖਾਂ ਨੂੰ ਗਿਆਨ ਨਹੀਂ, ਉਹ ਪੀੜਤ ਨੇ, ਦੁਖੀ ਨੇ। ਖੁਸ਼ੀ ਆਈ ਡੀਜੇ ਲੱਗਦੇ, ਗਮੀ ਆਈ ਕੌਮਾਂ 'ਚ ਚਲੇ ਜਾਂਦੇ, ਨਫ਼ਾ ਮਿਲ ਗਿਆ ਸ਼ਰਾਬ ਦੀਆਂ ਬੋਤਲਾਂ ਖੁੱਲਦੀਆਂ ਨੇ, ਨੁਕਸਾਨ ਹੋ ਗਿਆ ਰੱਬ ਤੇ ਤਾਂਦੇ ਮਿਲੇ। ਆ ਦੁੱਖ ਤੇ ਸੁੱਖ ਨੇ, ਇਹੀ ਦੁੱਖ ਸੁੱਖ ਹੋਣਗੇ। ਪਰ ਇਹਦੇ ਵਿੱਚ ਜੇ ਤੁਸੀਂ ਕਹੋ ਕਿ ਮੈਂ ਅੰਮ੍ਰਿਤ ਛਕਿਆ ਅਤੇ ਨਿੱਤ ਨੇਮੀ ਹਾਂ, ਨਾਲ ਦਾ ਸ਼ਰਾਬੀ, ਜਿਹੜੇ ਦੁੱਖ ਉਹਨੂੰ ਲੱਗੇ ਨੇ ਮੈਨੂੰ ਨਹੀਂ ਲੱਗਣੇ, ਜਾਂ ਜਿਹੜੇ ਮੈਨੂੰ ਲੱਗੇ ਉਹਨੂੰ ਨਹੀਂ ਲੱਗਣੇ, ਇੱਦਾਂ ਦਾ ਕੁਛ ਨਹੀਂ। ਭੁੱਲ ਜਾਓ ਬਸ ਦੋ ਸਤਿਗੁਰੂ, ਜਨਮ ਮਰਨ ਖੁਸ਼ੀ ਗਮੀ ਤੇਰੇ ਹੀ ਰੰਗ ਨੇ, ਮੈਂ ਦੋਵੇਂ ਪ੍ਰਵਾਨ ਕਰਦਾ। ਇੱਕ ਵੱਡੀ ਘਟਨਾ ਨੂੰ ਵੇਖ ਕੇ ਰਸਮ ਬਣ ਕੇ ਰਹਿ ਗਿਆ ਭੋਗ, ਬਹੁ ਗਿਣਤੀ ਜਦੋਂ ਮੈਂ ਜਾਂਦਾ ਹੈ।
ਮੈਨੂੰ ਮਤਲਬ ਸੀ ਛੋਟੀਆਂ ਘਟਨਾਵਾਂ ਤੋਂ ਸਿੱਖ ਲੈਣਾ ਤੇ ਵੱਡੀਆਂ ਨੂੰ ਭੁੱਲਣ ਦਾ ਯਤਨ ਨਾ ਕਰਨਾ। ਘਟਨਾ ਹੀ ਵੇਖੀ ਸੀ ਬਾਬੇ ਫਰੀਦ ਨੇ, ਆਪਾਂ ਵੀ ਵੇਖਦੇ ਚਿੱਟੇ ਰੰਗ ਦਾ ਬਗਲਾ ਇਹੀ ਦਿਨ ਨੇ ਬਰਸਾਤਾਂ ਦੇ, ਕਿਸੇ ਨਦੀ ਨਾਲੇ ਦੇ ਕਿਨਾਰੇ ਤੇ ਬੈਠਾ ਕੇਲ ਕਰ ਰਿਹਾ, ਬੁੜੇ ਚ ਬਦਲਿਆ, ਖੁਸ਼ੀ ਗਮੀ ਚ ਬਦਲੀ। ਬਾਬੇ ਫਰੀਦ ਨੇ ਇਸ ਨੂੰ ਬੜੀ ਗਹੁ ਨਾਲ ਵੇਖਿਆ, ਆਪਾਂ ਵੀ ਵੇਖ ਕੇ ਆਉਂਦੇ। ਪਰ ਅਸੀਂ ਕਹਿੰਦੇ ਆਮ ਗੱਲ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਦਰਿਆ ਵੇ ਕੱਲੇ ਬਗਲਾ, ਉਹ ਨਹੀਂ ਉਹ ਬਗਲਾ ਤੂੰ ਹੈ, ਬੈਠਾ ਕੇਲ ਕਰੇ ਦੁਨੀਆਂ ਚ ਬਦਲਦੀਆਂ ਨੇ, ਜੋ ਮਨ ਚੇਤਨਾ ਚੇਤੇ ਸੰਧ ਤੋਂ ਗਾਲੀ। ਇਹ ਹੋਣਾ ਇਸ ਘਟਨਾ ਨੂੰ ਬਾਬਾ ਫਰੀਦ ਸਾਹਿਬ ਆਪਣੇ ਨਾਲ ਜੋੜਦੇ ਨੇ, ਇਹ ਮੇਰੇ ਤੇ ਵਾਪਰਨ ਵਾਲਾ। ਔਰ ਮੈਂ ਹੁਣ ਤੋਂ ਹੀ ਸੁਚੇਤ ਹੁੰਦਾ, 84 ਚ ਜਾਣਾ ਪੈਣਾ। ਕਹਿੰਦੇ ਮੈਂ ਤੇ ਬੜਾ ਦੁਖੀ ਹੋ ਗਿਆ, ਉਪਰਾਮ ਹੋ ਗਿਆ, ਮੈਨੂੰ ਕੋਈ ਗੱਲ ਹਜ਼ਮ ਨਹੀਂ ਹੋ ਰਹੀ। ਤੇ ਧਰਤੀ ਤੇ ਚਾਰੀਆਂ ਦਿਸ਼ਾਵਾਂ ਵਿੱਚ ਸਤਾ ਹੀ ਤੇਰੀ ਹੈ, ਕਿਸੇ ਦੂਜੇ ਦੀ ਹੈ ਹੀ ਨਹੀਂ। ਚਹੋ ਤਿਸ ਗਗਨ ਰਹਾਏ ਆਨੰਦ ਮੂਲ ਸਦਾ ਪੁਰਖੋਤਮ ਘੱਟ, ਇਹ ਅੰਦਰ ਤਾਂ ਸਤਾ ਤੇਰੀ ਹੈ। ਇਹਦਾ ਮਤਲਬ ਸਰੀਰ ਨਹੀਂ ਰਹਿਣਾ, ਮੇਰੇ ਅੰਦਰ ਸਤਾ ਤੇਰੀ ਹੈ, ਘੱਟ ਬਿਨਸੇ ਗਗਨ ਨਾ ਜਾਏ ਲੈ, ਉਹਨੇ ਤੇ ਕਿਤੇ ਵੀ ਨਹੀਂ ਜਾਣਾ। ਮੋਹੇ ਵਿਰਾਗ ਭਇਓ ਇਹੋ ਜੀਓ ਆਏ ਕਹਾਂ ਗਏ, ਕਿੱਥੋਂ ਆਇਆ ਜੀ ਕਿੱਥੇ ਗਿਆ। ਕਹਿੰਦੇ ਮੈਨੂੰ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਮੈਂ ਇਹਨਾਂ ਚੱਕਰਾਂ 'ਚ ਪੈਂਦਾ ਹੀ ਨਹੀਂ। ਬਾਬਾ ਕਬੀਰ ਸਾਹਿਬ ਕਹਿੰਦੇ ਪੰਜ ਤੱਤ ਮਿਲ ਕਾਇਆ ਕੀ ਨਹੀਂ, ਕਹਿੰਦੇ ਜੀ ਪੰਜ ਤੱਤਾਂ ਨੂੰ ਮੇਲ ਕੇ ਸਰੀਰ, ਅਤੇ ਫਿਰ ਮੈਂ ਕਿਉਂ ਇਸ ਚੱਕਰ 'ਚ ਪੈ ਕੇ ਆਪਣਾ ਜਨਮ ਬਰਬਾਦ ਕਰਾਂ। ਪੰਜ ਤੱਤਾਂ ਦਾ ਸਰੀਰ ਹੇ ਵਾਹਿਗੁਰੂ ਤੱਤ ਵੀ ਤੇਰੇ ਹੀ ਨੇ, ਤੱਤ ਕਹਾਂ ਤੇ ਕੀ ਨਰੇ। ਜੇ ਤੱਤ ਕਿਸੇ ਵੱਖਰੇ ਨੇ ਬਣਾਏ ਨੇ ਫਿਰ ਪਰਮੇਸ਼ਰ ਦਾ ਕੋਈ ਸ਼ਰੀਕ ਵੀ ਹੋ ਸਕਦਾ, ਇਹਦਾ ਮਤਲਬ ਤੱਤ ਵੀ ਤੇਰੇ ਨੇ। ਕਹਿੰਦੇ ਦੂਜੇ ਕਹਿੰਦੇ ਜੀ ਕਰਮ ਵੱਧ ਤੁਮ ਜੀਓ ਕਹਿਤ ਹੋ, ਕਹਿੰਦੇ ਆ ਜਿਹੜਾ ਜੀ ਕਰਮਾਂ ਦਾ ਵੱਧਾ ਹੋਇਆ, ਕਹਿੰਦੇ ਕਰਮ ਮੈਂ ਤੇਰੇ ਤੇ ਭਰੋਸਾ ਰੱਖਦਾ, ਨਾ ਮੈਂ ਕਰਮਾਂ ਤੋਂ ਡਰਦਾ, ਨਾ ਮੈਂ 84 ਲੱਖ ਤੋਂ ਡਰਦਾ, ਨਾ ਮੈਂ ਨਰਕ ਤੋਂ ਡਰਦਾ, ਨਾ ਮੈਨੂੰ ਸਵਰਗ ਦੀ ਪਕੜ ਹੈ, ਮੈਨੂੰ ਕੋਈ ਏਦਾਂ ਦੀ ਪਰਵਾਹ ਨਹੀਂ, ਮੈਂ ਜਿਉਂਦਾ ਹੀ ਤੇਰੇ 'ਚ। ਬਸ ਬਸ ਵਿਸਰ ਗਏ ਰਸੋ। ਕਹਿੰਦੇ ਜਦੋਂ ਦਾ ਆਪੇ ਹਿਆਤ ਪਰਮੇਸ਼ਰ ਗੁਰੂ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਛਕ ਲਿਆ ਨਾ, ਉਦੋਂ ਦੇ ਆ ਜਿਹੜੇ ਚਸਕੇ ਸੀ ਬੇਰਸ ਸੀ ਸਭ ਨਿਕਲ ਗਏ। ਇਹ ਬੇਰਸ ਹੀ ਨੇ, ਇਹ ਵੀ ਇੱਕ ਰਸ ਜਾਂ ਡਰ ਬਣਿਆ ਹੋਇਆ। ਜਨਮ ਹੋਇਆ ਕਹਿੰਦੇ ਜੀ ਸੂਤਕ ਚੰਬੜਿਆ, ਚੇਤਨਤਾ ਜਾਗੀ ਹੋਰ ਮੰਤਰ ਪੜ੍ਹਨੇ। ਵਿਆਹ ਹੋਣ ਲੱਗਾ ਹੈ ਕਹਿੰਦੇ ਜੀ ਬਾਹਮਣ ਨੂੰ ਪੁੱਛ ਲਓ ਕਿਤੇ ਮੰਗਲੀਕ ਤੇ ਨਹੀਂ, ਪੱਤਰੀ ਖਿਲਾ ਕੇ ਵੇਖ ਲਓ। ਅੱਜ ਚੜ੍ਹਾਈ ਕੀਤੇ ਕਹਿੰਦੇ ਜੀ ਹੁਣ ਇਹ ਪ੍ਰੇਤ ਬਣ ਗਿਆ, ਇਹਨੂੰ ਪਾਤਕ ਚੰਬੜ ਗਿਆ, ਮੰਜੀ ਤੋਂ ਥੱਲੇ ਲਾਓ, ਇਹਦੇ ਕੱਪੜੇ ਪਾੜ ਕੇ ਲਾਓ, ਨਵਾ ਕੇ ਖੱਪਣ ਪਾਓ, ਇਹਦੇ ਪੈਰ ਘੁਮਾਓ, ਇਹਦਾ ਘੜਾ ਭੰਨੋ, ਇਹਦੇ ਮਰੇ ਦੇ ਮੂੰਹ 'ਚ ਘਿਓ ਪਾਓ, ਇਹਦਾ ਦੀਵਾ ਜਗਾਓ, ਇਹਦੇ ਵਸਤਰ ਗਿਆਨੀ ਜੀ ਨੂੰ ਦਿਓ। ਆਹ ਕੁਛ ਹੈ। ਸਿੱਖ ਕਹਿੰਦਾ ਨਹੀਂ, ਮੈਂ ਇਹਨਾਂ ਤੋਂ ਮੁਕਤ ਹੋ ਗਿਆ, ਜਿੱਦਣ ਜੰਮਿਆ ਸਹਿ ਮੇਰੀ ਮਾਂ ਤੇ ਮੇਰੇ ਗੁਰੂ ਨੇ ਗੁਰਤੀ ਦਿੱਤੀ ਹੋਈ ਹੈ, ਜੰਮਦਿਆਂ ਨੂੰ ਗੁਰਤੀ ਨਾਮ ਦੀ ਦਿਆਂਗੇ, ਕੋਈ ਸੂਤਕ ਨਹੀਂ। ਆ ਸਾਡੇ ਘਰ 'ਚ ਰਹਿਤ ਮਰਿਆਦਾ ਹੈ ਨਹੀਂ, ਅੱਜ ਆਪਾਂ ਜਿੰਨੇ ਬੈਠੇ ਬਹੁਤਿਆਂ ਨੇ ਪੜ੍ਹੀ ਵੀ ਨਹੀਂ ਅਤੇ ਬਹੁਤਿਆਂ ਨੇ ਲੋੜ ਵੀ ਨਹੀਂ ਸਮਝੀ। ਨਾ ਤਾਂ ਸ਼੍ਰੋਮਣੀ ਕਮੇਟੀ ਸਾਡੇ ਘਰ 'ਚ ਰਹੀ, ਉਹ ਸਿਆਸੀ ਟੱਬਰ ਦੀ ਭੇਟ ਚੜ੍ਹ ਗਈ, ਉਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ, ਅਤੇ ਨਾ ਸ਼੍ਰੋਮਣੀ ਕਮੇਟੀ ਦੀ ਬਣਾਈ ਹੋਈ ਰਹਿਤ ਮਰਿਆਦਾ ਸਾਡੇ ਘਰ 'ਚ ਉਹ ਵੀ ਹੈ ਨਹੀਂ। ਕਦੇ ਪੜ੍ਹੋ ਉਹਦੇ 'ਚ ਲਿਖਿਆ ਕੀ, ਜੰਮ ਦੇ ਬੱਚੇ ਨੂੰ ਗੁਰਤੀ ਨਾਮ ਦੀ ਦਿਓ, ਵਾਹਿਗੁਰੂ ਗੁਰਮੰਤਰ ਉਹਦੇ ਕੰਨਾਂ 'ਚ ਪਾਓ, ਉਹਦਾ ਅੰਮ੍ਰਿਤ ਤਿਆਰ ਕਰੋ, ਪੰਜ ਪੌੜੀਆਂ, ਪੰਜ ਬਾਣੀਆਂ, ਪੰਜ ਵਰੀ ਮੂਲ ਮੰਤਰ ਗੁਰਮੰਤਰ ਸਮੇਂ ਅਨੁਸਾਰ ਪੜ੍ਹੋ, ਔਰ ਰਸਨਾ ਤੇ ਗੁਰਤੀ ਅੰਮ੍ਰਿਤ ਦੀ ਦਿਓ, ਉਹਦੇ ਸਿਰ 'ਚ ਵੀ ਅੰਮ੍ਰਿਤ ਪਾਓ। ਧੀਏ ਪੁੱਤਰ ਸਾਡੀ ਮਾਂ ਸਾਡਾ ਗੁਰੂ ਆਖਦਾ ਹੈ ਜਿਸ ਨਾਮ ਨੇ ਤੈਨੂੰ ਤੇਰਾ ਵਜੂਦ ਪੈਦਾ ਕੀਤਾ ਹੈ, ਉਹੀ ਨਾਮ ਅੱਜ ਮੈਂ ਤੇਰੇ ਜੰਮਦਿਆਂ ਦੇ ਮੂੰਹ 'ਚ ਪਾਉਣਾ। ਪੁੱਤਰ ਧੀਏ ਇਹ ਵਿਸਰੇ ਨਾ, ਖੂਹ ਤਾਂ ਮਾਤਾ ਕੀ ਅਸੀਸ, ਆ ਸ਼ਬਦ ਨੇ ਸਾਡੇ ਗੁਰੂ ਸਾਹਿਬਾਂ ਦੇ। ਗੁਰਤੀ ਜੰਮਦੇ ਨੂੰ ਨਾਮ ਦੀ ਦਿੱਤੀ ਗਈ, ਚੇਤਨਤਾ ਜਾਗੀ,
जपजी साहब चेते कराया व्याहुण योग होए अज कहिंदे जी घर च कलेश बहुत है जो जबान ते कंट्रोल नहीं कन्ना ते कंट्रोल नहीं मन ते कंट्रोल नहीं कलेश ते नहीं मुकण वाला जेडे मर्जी बाबे को चले जाओ बाबे ते आप जड़े जुड़ी होए करदे केड़े बाबे दे घर च कलेश नहीं देरिया तो लड़दे पए एक दूजे दे द्वाले होए आ किसे ब्राह्मण को चले जाओ पंडित को चले जाओ सब झमेलिया च फसे होए जे ब्राह्मणिया मंत्र महाराज जी कहिंदे पत्रियां खोलण दी लोड नहीं आ बाणी नूं जिंदगी दा हिस्सा बना पत्रियां मिल जाणियां ने ते कदे टुटणियां नहीं खुलणियां नहीं किसे को कोई चढ़ाई कर गया साडे घर च कहिंदे कोई पातक नहीं अकाल चलाना कीता पर लोक गमन कीता जह रस विसर गए रसो दुनियादारी छड़ दित्ती चढ़ाई कीते कहिंदे बिल्कुल ये प्रेत नहीं है असी मंजी तो थले वी नहीं पाउणा शनान कराउणा है असी कपड़े पाड़ के नहीं लावांगे बरादरी दे विच किसे दा झगा पाड़ दिओ कि नहीं बेइज्जती असी जान लगे घर दे जी दे आपे पाड़ के लाई जाणा असी सबूते नहीं लेंदे वो साडे मामा जी अजे नौजवान सन चढ़ाई करके पिछले समय च वो साडे पुराने बजुर्ग जी भी किसे मनदे कपड़े पाड़ के लाने मैं कहा दे जी हुण की होया मैं तो नहीं पाड़न देने तो जेड़ा बाणी ते बाणे च जुड़िया होया सी आ जांदी वरी हुण उहदा निरादर करोगे तुसी तू नवा ही ज्ञानी जम पिया असी तां इदां ही करदे होणे मैं कहा तुसी इंज करदे हो ना मैं नहीं करदा उस बाबे दे दर्शन कीते जिंदगी पलट गई और कहते कपड़े पाड़ के लाने ने मैं क्या बिल्कुल नहीं सिखे वे नहीं करता स्नान कराया दस्तार भी नवी दे पाड़ के क्यों बनो सारी उम्र सिख दस्तार ली मर गया अज पाड़ के बन दे नहीं इदा नहीं करन दे इहदे पैर घुमाओ ये ब्राह्मण ने डर पाया कि पैर परां नूं कर दिओ मुड़के नहीं आऊगा असीं कहिंदे नहीं जिहदे करके सारा टब्बर पैदा होया है इहदे पैर इधर नूं रहने चाहीदे ने बाहर नहीं जाने चाहिए असीं नहीं इंज करांगे कोई पैर नहीं घुमावांगे कुछ नहीं करांगे इहदा घड़ा भन्नो क्यों घड़ा तां उदों ही भज गया सी जदों श्वास निकली सी फिर ਪਤਨੀ ਦੇਵੀ ਅਸੀਂ ਕਈ ਵਾਰੀ ਭੈਣਾਂ ਨੂੰ ਪੁੱਛਦੇ ਕਿ ਤੂੰ ਦੂਜੇ ਪਿੰਡ ਗਈ ਹੋਈ ਘਰ ਛੱਡ ਗਈ ਪਰ ਕਦੇ ਪਤਨੀ ਨੂੰ ਪੁੱਛਿਆ ਕਿ ਤੂੰ ਦੂਜਾ ਪਿੰਡ ਛੱਡ ਕੇ ਸਾਡੇ ਕੋਲ ਆਈ ਕਿਉਂਕਿ ਅਸੀਂ ਕਿਤੇ ਨਾ ਕਿਤੇ ਮਨੋਵਾਦੀ ਸੋਚ ਤੇ ਫਸ ਗਏ ਮਾਂ ਦੇਵੀ ਚਾਰ ਦੇਵੀਆਂ ਘਰ ਚਲੇ ਮੈਂ ਤਾਂ ਬੇਨਤੀ ਕਰੇ ਆਪਾਂ ਮਾਂ ਦੀ ਯਾਦ ਵਿੱਚ ਬੈਠੇ ਹੋਏ ਜਦ ਮਾਤਾ ਤਨਵੀਰ ਕੌਰ ਧੀ ਬਣ ਕੇ ਨਾ ਹੋਵੇ ਐਡਾ ਵੱਡਾ ਪਰਿਵਾਰ ਕਿੱਥੋਂ ਮਿਲਣਾ ਸੀ ਤਾਂ ਆਏ ਸਤਿ ਸ੍ਰੀ ਅਕਾਲ ਸਾਡੀਆਂ ਪੁਰਾਣੀਆਂ ਉਹ ਮਾਵਾਂ ਜਿਨ੍ਹਾਂ ਧਰਮ ਲਈ ਟੋਟੇ ਬੱਚਿਆਂ ਦੇ ਕਰਾ ਕੇ ਝੋਲੀਆਂ ਚ ਪਵਾ ਲੈ ਧਰਮ ਨਹੀਂ ਛੱਡਿਆ ਆਓ ਆਪਣੀਆਂ ਮਾਵਾਂ ਨੂੰ ਜਿਉਂਦੇ ਰੱਖੀਏ अंदर ने मता जाने जो कैची फिर सोच लिया करो गुरु गोबिंद सिंह साहब तेरे लाला वधन लगे अपने लाल जी तो वह प्यारे नहीं सी सिखी प्यारी ਤੀਜੀ ਬੇਨਤੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਚੌਥੀ ਮੁਰਦਾਰ ਚਾਹੇ ਉਹ ਝਟਕਾ ਚਾਹੇ ਉਹ ਹਲਾਲ ਹੈ ਚਾਹੇ ਉਹ ਕੁੱਠ ਹੈ ਚਾਹੇ ਉਹ ਰਿਸ਼ਵਤ ਹੈ ਚਾਹੇ ਉਹ ਕੋਈ ਝੂਠ ਹੈ ਇਸ ਮੁਰਦਾਰ ਤੋਂ ਬਚਣਾ ਗੁਰੂ ਦਾ ਹੁਕਮ ਹੈ ਸਤਿਗੁਰ ਕਿਰਪਾ ਕਰੇ ਅੰਮ੍ਰਿਤ ਛਕੋ ਸਿੰਘ ਸੱਜੋ ਬਾਣੀ ਤੇ ਬਾਣੀ ਦੇ ਧਾਰਨੀ ਬਣੋ ਉਦੋਂ ਬਾਅਦ ਆਪਾਂ ਅਰਦਾਸ ਕਰਨੀ ਹੈ ਪਹਿਲੀ ਗੱਲ ਸਾਡੇ ਗੁਰਦੁਆਰੇ ਚਾਹੇ ਸ਼੍ਰੋਮਣੀ ਕਮੇਟੀ ਤੇ ਚਾਹੇ ਸਿੰਘ ਸਭਾਵਾਂ ਨੇ ਉਹ ਲੱਗੇ ਵੀ ਨਸ਼ੇਰੀ ਬੰਦਿਆਂ ਨੂੰ ਗੁਰਦੁਆਰੇ ਦੇ ਪ੍ਰਬੰਧ ਚਲਾਉਣ ਦਿਆ
ਮਾਵਾ ਜੀ ਸਾਨੂੰ ਉਪਦੇਸ਼ ਦਿੱਤਾ ਹੈ, ਮਹਿ ਮਨੇਸ਼ ਦੇ ਦਰਸ਼ਨ ਲੈ ਹੈ, ਮਹਿ ਮਨੇਸ਼ ਨੂੰ ਦਰਸ਼ਨ ਲੈ ਹੈ ਆਨੰਦ ਭਰਿਆ ਮੇਰੀ ਮਾਈ ਸਤਿਗੁਰੂ ਮੈਂ ਪਾ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਸਿਆ ਮਨ ਰਾਗ ਰਤਨ ਪਰਵਾਰ ਪਰਿਆ ਸ਼ਬਦ ਦਾ ਪਰਵਾਰ ਸ਼ਬਦੋ ਦਾ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਰਹਾ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰੇ ਸਭ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਸਾਚੇ ਸਾਹਿਬਾ ਕਿਉਂ ਨਾਹੀ ਕਰਤੇ ਕਰਤਾ ਤੇਰੇ ਸਭ ਕੁਛ ਹੈ ਜਿਸਨੇ ਸੁਭਾਵੇ ਸਦਾ ਸਿਰ ਸਲਾਹ ਤੇਰੀ ਗਾਵ ਮਨ ਨਾਮ ਜਿਨ ਕੇ ਮਨ ਵਸਿਆ ਬਾਣੀ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਧ ਜਾਣਾ ਹੀ ਕਰਦੇ ਸਾਚਾ ਨਾਮ ਤੇਰਾ ਆਕਾਰੋ ਸਾਚ ਨਾਮ ਆਕਾਰ ਤੇਰਾ ਜਿਨ ਕੋ ਕਾ ਸਭ ਗਵਾਈ ਕਰਤਾ ਸੁਖ ਵਰਤਿਆ ਜਿਨ ਕਾ ਸਭ ਬਜਾਈਆ ਸਦਾ ਕੁਰਬਾਨ ਕੀਤਾ ਗੁਰ ਮੇਟੋ ਦਿਸਤੀਆਂ ਇਹ ਵਡਿਆਈਆ ਕਹਿ ਨਾਨਕ ਸਰਹੋ ਸੰਤੋ ਸ਼ਬਦ ਕਰੋ ਤੇਰਾ ਸਾਚਾ ਨਾਮ ਤੇਰਾ ਆਕਾਰੋ ਬਾਕੀ ਪੰਜ ਸ਼ਬਦ ਜਿਨ ਕਰਸਪਾਕੇ ਸ਼ਬਦ ਵਾਦੀ ਕਲਾ ਜਿਤ ਕਰਤਾਰੀਆ ਤੂਰੀ ਸਲੋਕ ਪਵਨ ਗੁਰੂ ਮਾਤਾ ਤਰਤ ਮਹਤ ਇਲੇ ਸਗਲ ਜਗਤ ਚੰਗਿਆਈਆ ਬੁਰਿਆਈ ਵਾਚੇ ਧਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਗਏ ਮਸ਼ਕਤ ਕਾਲ ਕੀਤੀ ਛੁੱਟੀ ਨਾਲ ਜਿਨੀ ਨਾਮ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਖੇਤੀ ਸੁਖੀ ਤੁਦੇ ਪਾਤਸ਼ਾਹ ਦਸਵੇਂ ਪ੍ਰਥਮ ਭਗਾਤੇ ਸਿਮਰਕਾਰ ਗੁਰੂ ਨਾਨਕ ਲਈ ਧਿਆਏ ਸਿਰ ਅੰਗਦ ਵਰਤੇ ਅਮਰਦਾਰ ਸਿ ਰਾਮਦਾਸ ਸਹਾਇ ਅਰਜਨ ਹਰ ਗੋਬਿੰਦਨਾ ਸਿਮਰਾ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦੁਖ ਸਭ ਧੰਗ ਸਹਾਇ।
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦਰਬਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਸਾਹਿਬ ਜਾਦਿਆਂ ਚਾਲੀਆਂ ਗੁਰਤਿਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਜਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸੁੰਗੜੀਆਂ ਨੇ ਧਰਮ ਹਿਰਤ ਸੀਸ ਦਿੱਤੇ ਬੰਦ ਬੰਦ ਟਕਾਏ ਖੋਪਰੀਆਂ ਲੁਹਾਈਆਂ ਤਰਖੜੀਆਂ ਤੇ ਤਰ ਕੰਨ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਧਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਏ ਚਿਤਿਆਵਨਤਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਹਿਬ ਤਹਾਂ ਤਹਾਂ ਰਿਛਿਆ ਰਿਹਾਇ ਦੇਵ ਤੇਗ ਫਤਿਹ ਬਿਰਦ ਕੀ ਕੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਨ ਚੌਂਕੀਆਂ ਝੰਡੇ ਉਂਗੇ ਜੁਗੋ ਜੋਗਿਆ ਤਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਆਪ ਜੀ ਦੇ ਸੇਵਕਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਤੇ ਮਾਣਿਆਂ ਦੇ ਮਾਨ ਸਤਗੁਰੂ ਮੈਂ ਤਾਰਿਆਂ ਦੇ ਤਾਨ ਸਤਗੁਰੂ ਮੈਂ ਉੱਠਿਆਂ ਦੀ ਓਟ ਮੈਂ ਆਸਰਿਆਂ ਦੇ ਆਸਰੇ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੀ ਹਜ਼ੂਰੀ ਵਿੱਚ ਸਮੂਹ ਸਾਹ ਸੰਗਤ ਵੱਲੋਂ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ ਆਪ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਮਾਤਾ ਦਲਬੀਰ ਕੌਰ ਕੋਈ ਦਿਨਾਂ ਤੋਂ ਲੋਕ ਤੋਂ ਪਰਲੋਕ ਅਮਰ ਕਰ ਗਏ ਸਤਿਗੁਰੂ ਜੀ ਉਹਨਾਂ ਦੇ ਸਾਰੇ ਪਰਿਵਾਰ ਨੇ ਇਕੱਤਰਤਾ ਹੋ ਕੇ ਗੁਜਰੀ ਆਤਮਾ ਜਮਿਤ ਰੂਹ ਦੇ ਭਲੇ ਵਾਸਤੇ ਆਪ ਜੀ ਦੇ ਮੁਬਾਰਕ ਚਰਨ ਪਵਾ ਕਰਕੇ ਪਰਸੋਂ ਦੇ ਰੋਜ਼ ਤੋਂ ਧਰਤੀ ਬਾਣੀ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਐਸ ਵਕਤ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਸਤਿਗੁਰ ਜੀ ਸੰਪੂਰਨਤਾਈ ਨਾਲ ਭੋਗ ਦੇ ਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਆਈਆਂ ਸੰਗਤਾਂ ਨੂੰ ਦਰਸ਼ਨ ਦਦਾਰੇ ਦੇ ਕੇ ਨਿਹਾਲ ਕੀਤਾ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਜਨ ਵਿੱਚ ਕੀਰਤਨ ਗਗਨ ਕੀਰਤਨ ਕੀਤਾ ਗੁਰਬਾਣੀ ਦੇ ਜਾਪ ਹੋਏ ਸਤਿਗੁਰੂ ਜੀ ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਇਆ ਕਰਦੀਆਂ ਅਣਜਾਣ ਬੱਚੇ ਸਮਝ ਕੇ
ਸੇਵਾ ਕਰਨ ਅੱਗੇ ਤੋਂ ਸੁਧ ਸਪਸ਼ਟ ਗੁਰਬਾਣੀ ਪੜ੍ਹਨ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਉਸਰੀ ਆਤਮਾ ਨੂੰ ਆਪ ਜੀ ਦੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਪਰਿਵਾਰ ਦੇ ਸਿਰ ਤੇ ਮੇਹਰ ਪ੍ਰਿਆਤ ਰੱਖਣਾ ਆਈਆਂ ਸੰਤਾਂ ਦੀਆਂ ਹਾਲੀਆਂ ਦਰਪਰਵਾਨ ਕਰਨੀਆਂ ਕਦਮ ਘੜੀਆਂ ਲੇਕੇ ਵਿੱਚ ਲਾਉਣੀਆਂ ਤਲੁਲ ਭੇਟਾਂ ਦਰਪਰਵਾਨ ਕਰਨਾ ਗੁਰਬਾਣੀ ਪੜ੍ਹੀ ਸੁਣੀ ਸਤਖੰਡ ਪ੍ਰਵਾਨ ਕਰਨੀ ਗੁਰਬਾਣੀ ਦਾ ਭੈ ਭਾਵ ਅੱਜ ਆਈਆਂ ਸੰਤਾਂ ਦੇ ਹਿਰਦਿਆਂ ਤੇ ਵਸਾਉਣਾ ਆਪ ਜੀ ਦੇ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਤਾਂ ਨੂੰ ਚਰਤਾਰਥ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਜਪੀ ਦਾ ਤੇਰੇ ਭਾਣੇ ਸਰਬੱਤ ਦਾ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਏ ਆਗਿਆ ਭਈਆ ਦਇਆ ਕਰੋ ਵਿਸ਼ਵੇਰੋ ਪਾਉ ਗੁਰਦੇ ਪੱਥਰ ਤਾਰੇ ਕੀੜਾ ਗੁਰਬ ਕਪਾਏ ਸਰਵਗੈ ਕਮਤ ਨਾਲ ਸੁਮਤ ਸ਼ਾਣ ਸੁਖ ਹੋਏ ਜਿਨ ਰਤੀ ਆਪੇ ਹਰ ਇੱਕ ਰੰਗ ਹੈ ਬੈਲ ਸਤਿਗੁਰ ਸੇਵ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਬੈਲ ਸਤਿਗੁਰ ਸੇਵ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ ਹਰ ਜੀਉ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਆਧਾਰ ਰਾਉ ਮਨਸਾ ਮਾਰ ਦਬਦਾ ਸਹਿਜ ਸੁਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਕ ਮਨ ਨਿਰਮਲ ਕਿਲ ਵਿਖ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮਿਟਾ ਸ਼ਬਦੇ ਪਾਵੈ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਦਾਤੇ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਦੀ ਧਰਮ ਸਮੱਗਰੀ ਮਾਤਾ ਦਲਵੀਰ ਕੌਰ ਜੀ ਦੀ
ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਇਕੱਤਰ ਹੋਏ ਹਾਂ। ਮੇਰੇ ਤੋਂ ਪਹਿਲਾਂ ਰਾਗੀ ਸਾਹਿਬ ਨੇ ਵੈਰਾਗਮਈ ਕੀਰਤਨ ਕੀਤਾ ਔਰ ਨਾਲ ਉਹਨਾਂ ਨੇ ਕਥਾ ਦੇ ਰੂਪ ਦੇ ਵਿੱਚ ਆਪਣੇ ਵਿਚਾਰ ਵੀ ਸੰਗਤਾਂ ਦੇ ਸਾਹਮਣੇ ਰੱਖੇ। ਪਰ ਮੈਂ ਸਾਡੇ ਸਤਿਕਾਰਯੋਗ ਸਰਦਾਰ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਜਿਹੜੇ ਚਲੇ ਗਏ ਨੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸੀ ਕਿ ਜੋ ਸਮਾਂ ਹੋਵੇ ਆਪਾਂ ਨੂੰ ਸਮੇਂ ਦੇ ਮੁਤਾਬਕ ਹੀ ਬੋਲਣਾ ਚਾਹੀਦਾ ਵਾ। ਪਰ ਚਲੋ ਸਮਾਂ ਬਹੁਤ ਹੋ ਚੁੱਕਾ ਵਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਬਕਾ ਵਿਧਾਇਕ ਸਰਦਾਰ ਮਨਜੀਤ ਸਿੰਘ ਮੀਆਂਵਿੰਡ ਨੂੰ ਕਿ ਆਉਣ ਕੇ ਆਪਣੀ ਹਾਜ਼ਰੀ ਲਵਾਉਣ। ਪਾਵਨ ਪਿੱਤਰ ਹਾਜ਼ਰੀ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ, ਸਤਿਕਾਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰੌਣਾ ਕੋ ਰਹੇ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਹਾਂਵਾਕ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਦਲਵੀਰ ਕੌਰ ਜੀ, ਜੋ ਸਾਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ, ਅੱਜ ਆਪਾਂ ਸਾਰੇ ਹੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਗੁਰੂ ਮਹਾਰਾਜ ਦਾ ਹੁਕਮ ਆ, ਮਰਨ ਲਿਖਾਏ ਮੰਡਲ ਮੈਂ ਆਏ। ਜੋ ਵੀ ਇਨਸਾਨ ਜਦੋਂ ਵੀ ਇਸ ਦੁਨੀਆਂ 'ਤੇ ਆਉਂਦਾ ਉਸਦੇ ਨਾਲ ਉਹਦਾ ਮਰਨਾ ਲਿਖਿਆ ਜਾਂਦਾ। ਮਾਲਕ ਜਿੰਨੇ ਸਵਾਸ ਦੇ ਕੇ ਭੇਜਦਾ ਉਹਨੇ ਸਵਾਸ ਲੈਣੇ ਨੇ, ਕੋਈ ਸਵਾਸ ਵੱਧਦਾ ਨਹੀਂ ਘਟਦਾ ਨਹੀਂ। ਮਾਤਾ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸੀ। ਚਲੋ ਜੋ ਮਾਲਕ ਦਾ ਹੁਕਮ ਆ, ਜੇ ਕੋਈ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਲਿਖੇ ਉਹ ਤਾਂ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਆ। ਜੋ ਮਾਲਕ ਦਾ ਹੁਕਮ ਹੈ ਉਹਦਾ ਭਾਣਾ ਉਹ ਸਾਨੂੰ ਮੰਨਣਾ ਪੈਣਾ। ਮਾਤਾ ਜੀ ਦੇ ਜਾਣ ਦੇ ਨਾਲ ਬੜਾ ਵੱਡਾ ਘਾਟਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਕਿਉਂਕਿ ਸਿਆਣੇ ਕਹਿੰਦੇ ਨੇ ਕੋਈ ਵੀ ਪਰਿਵਾਰ ਤਰੱਕੀ ਕਰਦਾ ਉਸਦੇ ਪਿੱਛੇ ਬੜਾ ਵੱਡਾ ਹੱਥ ਔਰਤ ਦਾ ਹੁੰਦਾ, ਉਹ ਚਾਹੇ ਮਾਂ ਦੇ ਰੂਪ 'ਚ ਹੋਵੇ ਚਾਹੇ ਪਤਨੀ ਦੇ ਰੂਪ 'ਚ ਹੋਵੇ। ਇਸ ਪਰਿਵਾਰ ਨੇ ਤਰੱਕੀ ਕੀਤੀ, ਇਹ ਪਰਿਵਾਰ ਦਾ ਨਾਂ ਅੱਜ ਸਾਰੇ ਇਲਾਕੇ ਦੇ ਵਿੱਚ, ਕਿਉਂਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਆ। ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਰਤੇਤਨ ਸਿੰਘ ਜੀ, ਸਾਡੇ ਵੀਰ ਸੁਖਦੀਪ ਸਿੰਘ ਜੀ, ਸਰਦਾਰ ਗੁਰਨਾਮ ਸਿੰਘ ਜੀ, ਇਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ। ਜਦੋਂ ਵੀ ਲੋੜ ਪਈ ਆ ਸ਼੍ਰੋਮਣੀ ਅਕਾਲੀ ਦਲ ਨੂੰ, ਇਹਨਾਂ ਨੇ ਅੱਗੇ ਹੋ ਕੇ ਮੋਹਰੀ ਹੋ ਕੇ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਆਪਣਾ ਰੋਲ ਜਿਹੜਾ ਅਦਾ ਕੀਤਾ। ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਮੇਂ ਸਮੇਂ 'ਤੇ ਇਹ ਪਰਿਵਾਰ ਨੂੰ ਮਾਣ ਸਤਿਕਾਰ ਦਿੱਤਾ, ਪਿਆਰ ਦਿੱਤਾ। ਅਤੇ ਇਸ ਪਰਿਵਾਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਮਿਹਨਤ ਕੀਤੀ ਆ, ਕਿਉਂਕਿ ਸਾਡਾ ਆਪਣਾ ਪਰਿਵਾਰ ਆ, ਨਿੱਜੀ ਤੌਰ 'ਤੇ ਇਹ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ। ਮੈਂ ਜਿੱਥੇ ਸਾਰੇ ਹੀ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੀ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ, ਪਿੱਛੇ ਸਾਰੇ ਹੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ ਇਹ ਭਾਣਾ ਮਨ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਹਲਕੇ ਦੇ ਪਾਰਲੀਮੈਂਟ ਦੇ ਮੈਂਬਰ ਮਾਝੇ ਦੇ ਜਰਨੈਲ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ, ਉਹਨਾਂ ਦੇ ਲੈਕਸ ਪੁੱਤਰ ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ, ਹਲਕਾ ਇੰਚਾਰਜ ਕਪੂਰ ਸਾਹਿਬ, ਸਾਬਕਾ MLA ਸਾਹਿਬ, ਉਹਨਾਂ ਨੂੰ ਬੇਨਤੀ ਕਰੂੰਗਾ ਇੱਥੇ ਆਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁੜੀ ਬੜੇ ਦੁਖੀ ਮਨ ਅਤੇ ਦੁਖੀ ਹਿਰਦਿਆਂ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ, ਉਹ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਦਲਵੀਰ ਕੌਰ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਉਸ ਨੂੰ ਭੋਗਦੇ ਹੋਏ ਗੁਰੂ ਚਰਨਾਂ ਜਾ ਵਰਾਜੇ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੂੰ ਸ਼ਰਧਾ ਅਤੇ ਫੁੱਲ ਭੇਟ ਕਰਨ ਵਾਸਤੇ ਇਲਾਕੇ ਭਰ ਦੀਆਂ ਬਹੁਤ ਹੀ ਸ਼ਖਸੀਅਤਾਂ ਔਰ ਰਿਸ਼ਤੇਦਾਰ, ਭੈਣ ਭਰਾ, ਸਾਕ ਸੰਬੰਧੀ, ਸੁਨੇਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਨੇ। ਮੈਂ ਸਾਰਿਆਂ ਦਾ ਇੱਥੇ ਆਉਣ 'ਤੇ ਜੀਆਂ ਧੰਨਵਾਦ ਕਰਦਾ, ਕਿਉਂਕਿ ਸਿਆਣਿਆਂ ਕਿਹਾ ਕਿ ਜਦੋਂ ਕਿਸੇ ਦੀ ਖੁਸ਼ੀ 'ਚ ਜਾਈਦਾ
ਤੇ ਖੁਸ਼ੀ ਜਿਹੜੀ ਆ ਦੁਨੀਆ ਚਾਹੁੰਦੀ ਹੁੰਦੀ ਆ ਕਿ ਜਦੋਂ ਕਿਸੇ ਦੇ ਦੁੱਖ 'ਚ ਜਾਈਦਾ ਤਾਂ ਉਹਦਾ ਦੁੱਖ ਘਟਦਾ ਵਾ। ਜੋ ਵੀ ਪ੍ਰਾਣੀ ਸੰਸਾਰ 'ਤੇ ਆਇਆ ਉਹਨੇ ਇੱਥੋਂ ਇੱਕ ਦਿਨ ਵੱਸ ਚੱਲ ਜਾਣਾ ਵਾ। ਮਰਨ ਲਿਖਾਏ ਮੰਡਲ ਮੇ ਆਏ, ਪਰ ਜਿਹੜੇ ਲੋਕ ਆਣ ਕੇ ਪਰਿਵਾਰ ਲੋਕਾਂ ਦੀ ਸੇਵਾ ਕਰਦੇ ਉਹਨਾਂ ਨੂੰ ਹਮੇਸ਼ਾ ਲੋਕ ਯਾਦ ਕਰਦੇ ਨੇ। ਜਥੇਦਾਰ ਪ੍ਰੀਤਮ ਸਿੰਘ ਜੀ ਦੀ ਸੇਵਾ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਆ, ਦਸਾਂ ਨਵਾਂ ਦੀ ਕਿਰਤ ਕਮਾਈ ਕਰਨ ਵਾਲੇ ਨੇ। ਸਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਿਸ਼ਨ ਵੀ ਇਹੋ ਦਿੱਤਾ, ਦਸਾਂ ਨਾਵਾਂ ਦੀ ਕਿਰਤ ਕਰਨੀ, ਵੱਢ ਕੇ ਛਕਣਾ, ਡਿੱਗੇ ਨੂੰ ਸਹਾਰਾ ਦੇਣਾ, ਦਸਵੰਧ ਕੱਢਣਾ, ਚੰਗੇ ਥਾਂ ਪਾਉਣਾ। ਇਹ ਪਰਿਵਾਰ ਵੀ ਦਸਾਂ ਨਾਵਾਂ ਦੀ ਕਿਰਤ ਕਮਾਈ ਕਰਨ ਵਾਲਾ ਪਰਿਵਾਰ ਹੈ ਅਤੇ ਔਰ ਅਕਾਲੀ ਦਲ ਦਾ ਮੋਹਰੀ ਪਰਿਵਾਰ ਹੈ। ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੇ ਨੇੜੇ ਦੇ ਸਾਥੀ ਨੇ, ਉਹ ਚੰਡੀਗੜ੍ਹ ਸੀ, ਉਹਨਾਂ ਨੇ ਲੇਟ ਆਉਣਾ ਸੀ ਅਤੇ ਮੈਨੂੰ ਕਹਿੰਦੇ ਕਾਕਾ ਜ਼ਰੂਰ ਮੇਰੇ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਉਣਾ। ਮਾਤਾ ਦਲਬੀਰ ਕੌਰ ਜੀ ਨੂੰ ਜਿੰਨੀ ਸਵਾਸਾਂ ਦੀ ਪੂੰਜੀ ਮਿਲੀ ਸੀ ਉਹ ਭੋਗ ਗਏ, ਪਰ ਪਿੱਛੇ ਜਿਹੜੇ ਉਹਨਾਂ ਦਾ ਪਰਿਵਾਰ ਆ ਬਹੁਤ ਵਧੀਆ ਪਰਿਵਾਰ ਆ। ਸਰਦਾਰ ਸੁਖਦੇਵ ਸਿੰਘ ਜੀ, ਸਰਦਾਰ ਗੁਰਨਾਮ ਸਿੰਘ ਜੀ, ਬਾਪੂ ਜੀ ਅੱਜ ਵੀ ਪੰਥ ਵਾਸਤੇ ਪਾਰਟੀ ਵਾਸਤੇ ਜਦੋਂ ਕੋਈ ਹੁਕਮ ਹੁੰਦਾ ਵਾ ਚੜ੍ਹ ਕੇ ਸੇਵਾ ਕਰਦੇ ਨੇ। ਪਰ ਜੋ ਵੀ ਸੰਸਾਰ 'ਤੇ ਪ੍ਰਾਣੀ ਆਇਆ ਉਹਨੇ ਇੱਥੋਂ ਇੱਕ ਦਿਨ ਵੱਧ ਚੱਲ ਜਾਣਾ ਹੁੰਦਾ ਵਾ। ਮਾਤਾ ਜੀ ਬੇਸ਼ੱਕ ਥੋੜ੍ਹਾ ਜਿਹਾ ਢਿੱਲੇ ਰਹੇ ਨੇ, ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਨੌਵਾਂ ਨੇ, ਉਹਨਾਂ ਦੇ ਪੋਤਰਿਆਂ ਨੇ ਮਾਤਾ ਦੀ ਸੇਵਾ ਕੀਤੀ ਅਤੇ ਜਦੋਂ ਉਹਨਾਂ ਦਾ ਅੰਤ ਆਇਆ ਉਹ ਆਪਾਂ ਨੂੰ ਛੱਡ ਕੇ ਚਲੇ ਗਏ। ਮੈਂ ਆਪਣੇ ਪਰਿਵਾਰ ਦੇ ਮੁਖੀ ਮਾਨਯੋਗ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਵੱਲੋਂ, ਜੋ ਆਪ ਜੀ ਦੇ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਵੱਲੋਂ ਅਤੇ ਆਪਣੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ। ਪਰ ਇੱਕ ਗੱਲ ਜ਼ਰੂਰ ਇੱਥੇ ਜ਼ਰੂਰ ਕਰਨੀ ਆ ਕਿ ਸਰਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਬਹੁਤ ਵਧੀਆ ਕੀਰਤਨੀ ਵਿੱਚ ਕੋਈ ਦੋ ਰਹਿ ਨਹੀਂ, ਬਹੁਤ ਵਧੀਆ ਕੀਰਤਨ ਕੀਤਾ, ਸਮਾਜਿਕ ਤੌਰ 'ਤੇ ਵੀ ਲੋਕਾਂ ਨੂੰ ਚੰਗੀ ਸੇਧ ਦਿੱਤੀ, ਪਰ ਕਰਦਿਆਂ ਕਰਦਿਆਂ ਉਹ ਸਿਆਸਤ ਦੇ ਵਿੱਚ ਪੈ ਗਏ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੇ ਬੋਲਦਿਆਂ ਨਿੰਦਿਆ ਕੀਤੀ ਕਿ ਉਹਨਾਂ ਦੀ ਸਰਪ੍ਰਸਤੀ ਹੇਠ ਬੜੇ ਸਾਲ ਇਹਨਾਂ ਨੇ ਵੀ ਕੰਮ ਕੀਤਾ, ਕਈ ਸਾਲ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆ ਜੇ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਸੇਵਾਵਾਂ ਬਹੁਤ ਵੱਡੀਆਂ ਕੀਤੀਆਂ, ਧਾਰਮਿਕ ਖੇਤਰ ਦੇ ਨਾਲ ਨਾਲ ਸਿਹਤ ਸੇਵਾਵਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ, ਉਹਦੇ ਨਾਲ ਵਿਦਿਅਕ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ। ਤੇ ਮੈਂ ਸਮਝਦਾ ਵਾਂ ਕਿ ਗੁਰੂ ਘਰ ਦੇ ਕੀਰਤਨੀ ਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਉਹ ਕੀਰਤਨ ਵਧੀਆ ਕਰਦੇ ਕਰਨਾ ਚਾਹੀਦਾ, ਸਿੱਖਿਆ ਚੰਗੀ ਦਿੰਦੇ ਦੇਣੀ ਚਾਹੀਦੀ ਆ। ਔਰ ਜਿਨ੍ਹਾਂ ਨੇ 1984 ਦੇ ਵਿੱਚ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ, ਹਜ਼ਾਰਾਂ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਤ ਵੀ ਹੋਈ, ਸੜ ਗਏ, ਕਦੀ ਉਹਨਾਂ ਦੀ ਤਾਂ ਨਿੰਦਿਆ ਇਹਨਾਂ ਨੇ ਕੀਤੀ ਨਹੀਂ ਆਪਣੇ ਬੋਲ ਦੇ ਵਿੱਚ, ਕਰਨੀ ਚਾਹੀਦੀ ਆ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਤ ਵੀ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਹੋਈ, ਜਿਹਨਾਂ ਕੀਤੀ ਉਹਨਾਂ ਨੂੰ ਸਜਾਵਾਂ ਸਖ਼ਤ ਮਿਲਣੀਆਂ ਚਾਹੀਦੀਆਂ। ਸਾਡਾ ਸਭ ਕੁਛ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਆ, ਕੋਈ ਵੀ ਹੋਵੇ, ਭਾਵੇਂ ਉਹ ਕੋਈ ਸਰਕਾਰ ਦਾ ਨੁਮਾਇੰਦਾ ਸੀ, ਭਾਵੇਂ ਪੁਲਿਸ ਦਾ ਵੀ ਅਫਸਰ ਸੀ, ਭਾਵੇਂ ਕੋਈ ਹੋਰ ਹੋਵੇ, ਉਹ ਜੋ ਵੀ ਹੋਊਗਾ ਸਾਹਮਣੇ ਆਊਗਾ, ਉਹਦੀਆਂ ਸਜਾਵਾਂ ਉਹਨਾਂ ਦੋਸ਼ੀਆਂ ਨੂੰ ਮਿਲਣੀਆਂ ਚਾਹੀਦੀਆਂ ਵਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਾਰੀ ਸੇਵਾ ਨੂੰ ਕਰਦੀ ਆ, ਸਾਰਿਆਂ ਨੂੰ ਕਰਨਾ ਚਾਹੀਦਾ, ਪਰ ਮੈਂ ਸਮਝਦਾ ਕਿ ਉਹਦੀ ਸਿਆਸਤ ਜਿਹੜੀ ਆ, ਕਿਉਂਕਿ ਕੁਛ ਜਥੇਦਾਰ ਆਪਣੇ ਆਪ ਬਣੇ ਨੇ, ਇਹ ਸਾਰੇ ਉਹਨਾਂ ਨੂੰ ਸਪੋਰਟ ਕਰਦੇ ਨੇ, ਤੇ ਕਦੀ ਕਾਂਗਰਸ ਪਾਰਟੀ ਦੀ ਨਿੰਦਿਆ ਕਦੀ ਕਰਦੇ ਨਹੀਂ ਗੇ, ਇੱਕੋ ਹੀ ਪਾਰਟੀ ਆ ਜਿਹਦੇ ਦੁਆਰੇ, ਭਾਵੇਂ ਉਹ ਅਕਾਲੀ ਦਲ ਹੋਵੇ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਉਹਦੀ ਨਿੰਦਿਆ ਕਰਦੇ। ਮੈਂ ਸਮਝਦਾ ਕਿ ਇਹਨਾਂ ਨੂੰ ਕੀਰਤਨ ਦੇ ਵਿੱਚ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਾਂ ਫਿਰ ਕੀਰਤਨ ਛੱਡ ਕੇ ਤੇ ਜਿਹੜਾ ਸਾਜੇ ਵਾਲਾ ਕੰਮ ਹੈ ਉਹ ਚਾਜਨ, ਕੋਈ ਫਰਕ ਨਹੀਂ ਪੈਂਦਾ, ਇੱਥੇ ਜਾਣ ਕੇ ਨਿੰਦਿਆ ਕਰੋ, ਚੁਗਲੀ ਕਰੋ, ਜੋ ਮਰਜ਼ੀ ਕਰੋ, ਪਰ ਮੈਂ ਸਮਝਦਾ ਜਿਹੜਾ ਇਹ ਕੰਮ ਕਰ ਰਿਹਾ ਬਹੁਤ ਵਧੀਆ ਕਰ ਰਹੇ ਨੇ, ਕੀਰਤਨ ਬਹੁਤ ਵਧੀਆ ਕੀਤਾ, ਬੜੀ ਸਿੱਖਿਆ ਦਿੱਤੀ, ਅੰਤ ਦੇ ਵਿੱਚ ਜਾਣ ਲੱਗੇ ਜਿਹੜਾ ਵਾ ਸ਼੍ਰੋਮਣੀ ਕਮੇਟੀ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਆ, ਉਹਨੂੰ ਜਿਹੜਾ ਉਹਨਾਂ ਨੇ ਨਿੰਦਿਆ ਕੀਤੀ, ਮੈਂ ਸਮਝਦਾ ਕਿ ਮਾੜੀ ਗੱਲ ਆ, ਉਹਨਾਂ ਨੂੰ ਸੋਭਾ ਹੀ ਨਹੀਂ ਦਿੰਦੀ। ਮੈਂ ਫਿਰ ਦੁਬਾਰਾ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਰਿਸ਼ਤੇਦਾਰ ਸਾਧ ਸੰਗਤ ਸੁਨੇਹੀ ਆਏ, ਉਹਨਾਂ ਦਾ ਧੰਨਵਾਦ ਕਰਦਾ, ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਬੇਨਤੀ ਕਰਦਾ, ਮਾਤਾ ਜੀ ਨੇ ਆਪਣੇ ਪਰਿਵਾਰ ਦੀ ਸੇਵਾ ਕਰਦਿਆਂ ਜਾਣੇ ਅਣਜਾਣੇ 'ਚ ਕੋਈ ਗਲਤੀ ਹੋਈ ਹੋਵੇ, ਉਸ ਗਲਤੀ ਨੂੰ ਮਾਫ਼ ਕਰਕੇ ਮਾਤਾ ਜੀ ਨੂੰ ਆਪਣੇ ਚਰਨਾਂ ਸਦੀਵੀ ਨਿਵਾਸ ਪੁੱਛਣ, ਪਿੱਛੇ ਇਹਨਾਂ ਦੀ ਪਰਿਵਾਰੀ ਤੇ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ, ਇਹ ਪਰਿਵਾਰ ਜਥੇਦਾਰ ਪ੍ਰੀਤਮ ਸਿੰਘ ਜੀ ਔਰ ਉਹਨਾਂ ਦਾ ਪਰਿਵਾਰ, ਉਹਨਾਂ ਦੇ ਪੋਤਰੇ ਉਸੇ ਤਰ੍ਹਾਂ ਹੀ ਇਲਾਕੇ ਵੀ, ਪਾਰਟੀ ਵੀ, ਸ਼੍ਰੋਮਣੀ ਅਕਾਲੀ ਦਲ ਵੀ ਜਿਸ ਤਰ੍ਹਾਂ ਪਹਿਲਾਂ ਵੱਧ ਚੜ੍ਹ ਕੇ ਸੇਵਾ ਕਰਦੇ ਨੇ ਕਰਦੇ ਰਹਿਣ। ਆਈਆਂ ਸਭ ਸੰਗਤਾਂ ਦਾ ਪ੍ਰਭਾਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੇਟੀ ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਲਵਿੰਦਰ ਸਿੰਘ ਜੀ ਵਹਿਗੁਰੀ ਸਾਹਿਬ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਦਲਬੀਰ ਸਿੰਘ ਜੀ ਜਹਾਂਗੀਰ ਸਾਹਿਬ, ਮੈਂਬਰ ਵੰਦਨ ਕਮੇਟੀ ਸਰਦਾਰ ਰਜਿੰਦਰ ਸਿੰਘ ਜੀ ਜ਼ਿਲ੍ਹਾ ਸਰਕਲ ਪ੍ਰਧਾਨ, ਔਰ ਵੱਖ ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ, ਅਕਾਲੀ ਦਲ ਦੇ ਬਹੁਤ ਸੀਨੀਅਰ ਆਗੂ ਸਾਰੇ ਇੱਥੇ ਆਏ ਨੇ। ਸਾਰਿਆਂ ਨੂੰ ਇੱਥੇ ਹੁਣ ਤੇ ਜੀ ਆਇਆ ਹੁੰਦੇ ਹਾਂ। ਸਾਡੇ ਬਾਬਾ ਜੀ ਬਾਬਾ ਨਿਰਮਲ ਸਿੰਘ ਜੀ ਸਰਾਂ ਤਲਵੰਡੀ ਵਾਲੇ, ਉਹ ਵੀ ਇੱਥੇ ਚੇਚੇ ਤੌਰ 'ਤੇ ਪਹੁੰਚੇ ਨੇ। ਨਿਹੰਗ ਸੋਹਣੀ ਸਾਡੇ ਪੂਰੀ ਜਥਾ ਢੂਲਕੇ ਵਾਲੇ, ਉਹ ਵੀ ਇੱਥੇ ਆਏ ਨੇ, ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਬਾਬਾ ਬਕਾਲਾ ਸਾਹਿਬ ਹਲਕੇ ਦੀ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦਗੀ ਕਰ ਰਹੇ ਨੇ, ਮੇਰੇ ਕਹਿਣ ਤੋਂ ਭਾਵ ਜਥੇਦਾਰ ਮਲਕੀਤ ਸਿੰਘ ਜੀ ਏਆਰ ਸਾਹਿਬ, ਸਾਬਕਾ MLA ਸਾਹਿਬ, ਉਹਨਾਂ ਨੂੰ ਮੈਂ ਸਤਿਕਾਰ ਸਾਹਿਤ ਬੇਨਤੀ ਕਰੂੰਗਾ ਕਿ ਉਹ ਮਾਈਕ 'ਤੇ ਆਉਣ, ਆਣ ਕੇ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਬਹੁਤ ਹੀ ਸਤਿਕਾਰਯੋਗ ਜਥੇਦਾਰ ਮਲਕੀਤ ਸਿੰਘ ਜੀ ਏਆਰ ਸਾਹਿਬ, ਬਹੁਤ ਹੀ ਵਿਰਾਗਮਈ ਸਮਾਗਮ ਵਿੱਚ ਜੁਗੋ ਜੁਗ ਅਟਲ ਸਾਹਿਬ ਕਮਾਲ ਦੋ ਜਹਾਂ ਦੇ ਵਾਲੀ, ਲਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਸਤਿਕਾਰਯੋਗ ਵੀਰੋ, ਭੈਣੋ, ਨੌਜਵਾਨਾਂ, ਬੱਚਿਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਹਜ਼ਾਰੀ ਜੱਗ ਨਾ ਕੋਈ ਫਿਰ ਰਿਹਾ, ਦੇ ਮਾਂ ਵਾਸਤੇ ਸਾਧ ਸਾਡੇ ਸਤਿਕਾਰਯੋਗ ਮਾਤਾ ਦਲਜੀਤ ਕੌਰ ਜੀ ਸਵਾਸਾਂ ਦੀ ਜੋ ਪੂੰਜੀ ਪਰਮਾਤਮਾ ਪਾਸੋਂ ਲੈ ਕੇ ਆਏ ਸਨ, ਉਹ ਭੋਗ ਕੇ ਚਲੇ ਗਏ। ਰੋਕੋ ਬੋਲ ਰਹੇ ਹਾਂ, ਪਾਠ ਕਰੋ। ਉਹ ਭੋਗ ਕੇ ਚਲੇ ਗਏ ਪਰ ਪਿੱਛੇ ਛੱਡ ਗਏ ਆਪਣੀ ਜ਼ਿੰਦਗੀ ਭਰ ਦੀਆਂ ਕੀਤੀਆਂ ਕਾਲਨਾਵਾਂ ਦਾ ਬਹੁਤ ਵੱਡਾ ਪਤਾਰਾ। ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਮਨੁੱਖਰ ਨਹੀਂ ਹੋਇਆ ਜਾ ਸਕਦਾ, ਉਹ ਕਿਸ ਵੇਲੇ ਕਿਸ ਘੜੀ ਕਦੋਂ ਅਤੇ ਕਿੱਥੇ ਆ ਜਾਵੇ ਅੱਜ ਤੱਕ ਕਿਸੇ ਨੂੰ ਤਾਂ ਪਤਾ ਨਹੀਂ ਚੱਲਿਆ। ਪਰ ਜੋ ਮਨੁੱਖ ਜਾਂ ਇਸਤਰੀ ਇਹ ਸਮਾਜ ਵਿੱਚ ਆ ਕੇ ਸਮਾਜ ਦੀ ਕੋਈ ਚੰਗੀਆਂ ਗੱਲਾਂ, ਕੋਈ ਨਵੀਆਂ ਪੈਦਾ, ਕੋਈ ਨਵੀਂ ਦੇ ਸੱਦੇ, ਕੋਈ ਵਧੀਆ ਪੈਣਾ ਪਾ ਜਾਵੇ ਤਾਂ ਫਿਰ ਦੁਨੀਆਂ ਇਸੇ ਤਰ੍ਹਾਂ ਯਾਦ ਕਰਦੀ ਹੈ ਜਿਵੇਂ ਅੱਜ ਦੇ ਇਕੱਠ ਵਿੱਚ ਆਈਆਂ ਵੱਖ ਵੱਖ ਮਹਾਨ ਸ਼ਖਸੀਅਤਾਂ ਤੋਂ ਜ਼ਾਹਰ ਹੋਇਆ। ਜਿੱਥੋਂ ਤੱਕ ਇੱਕ ਇਸਤਰੀ ਦੀ ਗੱਲ ਹੈ, ਜੇ ਦੇਖਿਆ ਜਾਵੇ ਤਾਂ ਤਿੰਨ ਅਵਸਥਾਵਾਂ ਦੇ ਵਿੱਚੋਂ ਦੀ ਉਹ ਲੰਘਦੀ। ਬਾਲਪਨ ਜਿਹਦੇ ਵਿੱਚ ਮਾਂ ਪਿਓ ਭੈਣ ਭਰਾਵਾਂ ਦੇ ਲਾਡ ਪਿਆਰ ਪੜ੍ਹਦੀ ਪੜ੍ਹਦੀ ਲਿਖਦੀ ਪ੍ਰਵਾਨ ਚੜ੍ਹਦੀ ਹੈ, ਅਤੇ ਫਿਰ ਜਵਾਨ ਹੁੰਦੀ ਹੈ, ਵਿਆਹ ਜਾਂਦੀ ਹੈ, ਗ੍ਰਿਸ਼ਪੁਰੇ ਦੇ ਵਿੱਚ ਆਪਣੇ ਸਹੁਰੇ ਘਰ ਆ ਕੇ ਉਸਦੇ ਘਰ ਨੂੰ ਬਣਾਉਂਦੀ ਸਵਾਰਦੀ ਕਰਦੀ ਹੈ। ਅਤੇ ਫਿਰ ਤੀਜੀ ਜਿਹੜੀ ਅਵਸਥਾ ਹੈ, ਜਿਹੜੀ ਸਾਰਿਆਂ ਤੋਂ ਮਹਾਨ ਅਵਸਥਾ ਹੈ, ਉਹ ਆਉਂਦੀ ਹੈ ਮਾਂ ਦੀ, ਜਿਹਦੇ ਵਿੱਚ ਮਾਂ ਬਣ ਕੇ ਉਹ ਜਿੱਥੇ ਆਪਣੇ ਪਰਿਵਾਰ ਨੂੰ ਪਾਲਦੀ ਪਹੁੰਚਦੀ ਹੈ, ਪਰਿਵਾਰ ਚਲਾਉਂਦੀ ਹੈ, ਅਤੇ ਉੱਥੇ ਉਹ ਇਹ ਵੀ ਵੇਖਦੀ ਹੈ ਕਿ ਕਿਵੇਂ ਇਸ ਬੱਚਿਆਂ ਨੂੰ ਮੈਂ ਆਪਣੇ ਨੂੰ ਇਸ ਸਮਾਜ ਦੇ ਵਿੱਚ ਰਹਿਣ ਦੇ ਕਰਨ ਦੇ ਅਤੇ ਸਮਾਜ ਸੇਵੀ ਪੰਥ ਸੇਵੀ ਕਿਵੇਂ ਆਪਣਾ ਬਣਾਉਣਾ ਹੈ। ਅਤੇ ਜੇ ਅੱਜ ਗੱਲ ਕਰੀਏ ਮਾਤਾ ਦਲਵੀਰ ਕੌਰ ਜੀ ਦੀ, ਅਤੇ ਹੁਣੇ ਹੁਣੇ ਮੇਰੇ ਤੋਂ ਪਹਿਲਾਂ ਅਤੇ ਉਸ ਤੋਂ ਪਹਿਲਾਂ ਕੀਰਤਨੀ ਜਥੇ ਬਟਾਲਾ ਸਾਹਿਬ ਨੇ ਗੱਲ ਕੀਤੀ ਹੈ, ਅਤੇ ਮੈਂ ਉਸਦੇ ਬਾਰੇ 'ਚ ਇਹ ਦੱਸਣਾ ਚਾਹੂੰਗਾ ਕਿ ਮਾਤਾ ਦਲਵੀਰ ਕੌਰ ਜਿਹੜੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਦੀ ਮੈਂਬਰ ਬਣੀ, ਅਤੇ ਮੈਂਬਰ ਇੰਨੀਆਂ ਜ਼ਿਆਦਾ ਵੋਟਾਂ ਲੈ ਕੇ ਬਣੀ ਕਿ ਪੂਰੇ ਬਲਾਕ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਵੋਟਾਂ ਲੈ ਕੇ ਬਣੀ, ਅਤੇ ਫਿਰ ਸੇਵਾ ਕੀਤੀ ਸਮਾਜ ਦੀ ਪੰਥ ਦੀ, ਅਤੇ ਫਿਰ ਉਸੇ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ 1920 ਚ ਹੋਣ ਜਾਇਆ, ਉਹ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਦੇ ਪੀਰੀ ਦੇ ਸਿਧਾਂਤ ਨੂੰ ਗੱਲ ਕਰਦੇ ਆ, ਅਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਮੀਰੀ ਦੇ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲਿਆ। ਸੋ ਮੇਰੇ ਤੋਂ ਪਹਿਲਾਂ
ਬ੍ਰਹਮਪੁਰਾ ਸਾਹਿਬ ਨੇ ਬਾਬਾ ਜੀ ਵਿਸਤਾਰ ਨਾਲ ਦੱਸ ਦਿੱਤਾ। ਮੈਂ ਵੀ ਬੇਨਤੀ ਕਰੂੰਗਾ ਕਿ ਜਿੱਥੇ ਉਹਨਾਂ ਨੇ ਸੇਵਾ ਕਰਨੀ ਹੈ ਕੀਰਤਨ ਦੀ, ਉੱਥੇ ਤੱਕ ਹੀ ਰਹਿਣ, ਸਿਆਸਤ ਵਿੱਚ ਨਾ ਆਉਣ। ਜੇ ਆਉਣਾ ਤਾਂ ਫਿਰ ਆ ਜਾਓ, ਫਿਰ ਛੱਡ ਕੇ ਤਾਂ ਫਿਰ ਮਜਾ ਲਓ ਟੱਪਰੀ। ਅਤੇ ਇੱਦਾਂ ਕੌਮ ਦੇ ਜਿਨ੍ਹਾਂ ਨੇ 17-17 ਸਾਲ 20-20 ਸਾਲ ਆ ਇੱਥੇ ਬੈਠੇ ਬ੍ਰਹਮਪੁਰਾ ਸਾਹਿਬ, ਇਹਨਾਂ ਨੇ 17 ਸਾਲ ਇਹਨਾਂ ਦੇ ਪਿਤਾ ਨੇ ਜਿਹੜੀ ਹੈ ਜੇਲ੍ਹ ਕੱਟੀ ਆ, ਅਤੇ ਕਿੰਨੀ ਵਾਰੀ ਇਹਨਾਂ ਨੇ ਵੱਖ ਵੱਖ ਜਿਹੜੀ ਮੋਰਚਾ ਲਾਏ ਨੇ। ਸੋ ਇਹੋ ਜਿਹੇ ਸਿੱਖ ਸੀਤਾ ਨੂੰ ਇਹਦਾ ਪਰਿਵਾਰ ਨਾਲ ਬੰਧਨਾ ਕਰਨਾ, ਜਿਹੜਾ ਉਹ ਕੌਮ ਦੇ ਹੀਰੋ ਨੇ, ਉਹ ਕੌਮ ਦੇ ਅਣਖ ਨੇ, ਅਤੇ ਉਹਨਾਂ ਨੂੰ ਇੱਦਾਂ ਕਰਨਾ ਜਿਹੜਾ। ਅਤੇ ਇਹ ਬੀਬੀ ਜਿਹੜੀ ਆ, ਇਹ ਵੀ ਉਸੇ ਪਾਰਟੀ ਨਾਲ ਸੰਬੰਧਿਤ ਸੀ। ਆਪਾਂ ਇਹ ਪਰਿਵਾਰ ਜਿਹੜਾ ਪ੍ਰੀਤਮ ਸਿੰਘ, ਜਗਦਾਰ ਪ੍ਰੀਤਮ ਸਿੰਘ ਹੋਰਾਂ ਦਾ, ਉਹ ਅੱਗੋਂ ਸਜੇ ਸਿੰਘ, ਗੁਰਨਾਮ ਸਿੰਘ, ਸਾਰਾ ਹੀ ਪਰਿਵਾਰ ਪਤਨੀ ਜਿਹੜਾ ਸੇਵਾ ਕਰਦਾ ਆ ਰਿਹਾ। ਅਤੇ ਮੈਂ ਤਾਂ ਕਹੂੰਗਾ ਅਸ਼ਕੀਆ, ਮੈਂ ਉਸ ਬੀਬੀ ਦੇ ਜਿਹੜਾ ਉਸ ਪਾਰਟੀ ਦੇ ਲੜਨ ਲੱਗੀ, ਜਿਨ੍ਹਾਂ ਦਾ ਬਹੁਤ ਕੁਰਬਾਨੀਆਂ ਬੜਾ ਪਾਰਟੀ ਦਾ ਇਤਿਹਾਸ ਹੈ। ਸੋ ਮੈਂ ਬਹੁਤਾ ਸਮਾਂ ਨਾਲ ਸਗਤਕਾਰੀ ਪੈ ਰਹੀ ਹੈ, ਬਹੁਤ ਬਹੁਤ ਮੈਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬਕਾਲਾ ਸਾਹਿਬ ਹਲਕੇ ਤੋਂ, ਮੈਂ ਜਿੱਥੇ ਇਸ ਪਰਿਵਾਰ ਨਾਲ ਦੁੱਖ ਸਹਾਈ ਹੁੰਦਾ, ਉੱਥੇ ਪੂਰੇ ਬਾਬਾ ਬਕਾਲਾ ਸਾਹਿਬ ਹਲਕੇ ਦੇ ਅਹੁਦੇਦਾਰਾਂ ਵਰਕਰਾਂ ਵੱਲੋਂ ਵੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਇਹਨਾਂ ਹੀ ਫਤਿਹ ਚਾਹੁੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਇੱਥੇ ਪਹੁੰਚੇ ਨੇ ਸਰਦਾਰ ਕਸ਼ਮੀਰ ਸਿੰਘ ਜੀ, ਸਰਪੰਚ ਗਗੜੇਵਾਲ, ਸਰਦਾਰ ਪਰਵਿੰਦਰ ਸਿੰਘ ਜੀ, ਸਰਪੰਚ ਮੀਆਂਵਿੰਡ, ਔਰ ਪੱਤਰਕਾਰ ਵੀ ਸਾਡੇ ਕੋਲ ਪਹੁੰਚੇ ਨੇ, ਅੰਮ੍ਰਿਤਪਾਲ ਜੀ ਖਹਿਰਾ ਸਾਹਿਬ, ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਸਾਥੀ ਔਰ ਹੋਰ ਵੀ ਮੀਡੀਆ ਵਾਲੇ, ਟੀਵੀ ਚੈਨਲ ਵਾਲੇ ਵੀ ਇੱਥੇ ਪਹੁੰਚੇ ਨੇ। ਸਾਰਿਆਂ ਦਾ ਇੱਥੇ ਹੁਣ ਤਾਂ ਅਸੀਂ ਧੰਨਵਾਦ ਕਰਦੇ ਹਾਂ, ਜਿਹਨਾਂ ਜਿਹਨਾਂ ਆਣ ਕੇ ਇਸ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਵਾ। ਔਰ ਫਿਰ ਸਾਰੀ ਆਈ ਹੋਈ ਸੰਗਤ ਦਾ ਸਾਡੇ ਸਤਿਕਾਰਯੋਗ ਸੁਖਦੇਵ ਸਿੰਘ ਜੀ ਸਰਪੰਚ ਸਰਾਂ ਤਲਵੰਡੀ, ਸਰਦਾਰ ਗੱਜਣ ਸਿੰਘ ਜੀ ਸਰਪੰਚ ਸਾਹਿਬ, ਉਹ ਵੀ ਇੱਥੇ ਆਏ ਨੇ, ਸਰਦਾਰ ਪਰਮਜੀਤ ਸਿੰਘ ਜੀ, ਉਹਨਾਂ ਨੂੰ ਇੱਥੇ ਹੁਣ ਤੇ ਪਰਮਜੀਤ ਸਿੰਘ ਸਰਪੰਚ ਸਰਾਂ ਤਲਵੰਡੀ, ਪਰਮਜੀਤ ਸਿੰਘ ਜੀ ਸਰਪੰਚ ਪਿੰਡ ਦੇਲਾਵਾਲ, ਉਹ ਵੀ ਇੱਥੇ ਆਏ ਨੇ, ਜਗਤਾਰ ਸਿੰਘ ਬੋਦੇਵਾਲ, ਸਰਦਾਰ ਮੇਰੇ ਬਹੁਤ ਹੀ ਪਰਮ ਮਿੱਤਰ ਸਰਦਾਰ ਸੁਲੱਖਣ ਸਿੰਘ ਜੀ ਕੰਗ ਸਾਹਿਬ, ਉਹ ਵੀ ਇੱਥੇ ਆਏ ਨੇ। ਹੁਣ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਕੜਾਹ ਪ੍ਰਸ਼ਾਦੀ ਦੇਣ ਜਿਹੜੀ ਉਹ ਵਰਤਾਓ, ਔਰ ਸਾਰੀ ਸੰਗਤ ਦੇ ਹੱਥ ਜੁੜ ਕੇ ਬੇਨਤੀ ਆ ਕਿ ਗੁਰੂ ਕਾ ਲੰਗਰ ਜਿਹੜਾ ਉਹ ਤਿਆਰ ਵਾ, ਸਾਰੀ ਸੰਗਤ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ, ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ। ਔਰ ਫਿਰ ਦੁਬਾਰਾ ਆਏ ਸਾਰੇ ਸੀਨੀਅਰ ਲੀਡਰ ਸਾਹਿਬਾਨਾਂ ਦਾ, ਔਰ ਜਿੰਨੇ ਵੀ ਦੂਰੋਂ ਨੇੜੇ ਚੱਲ ਕੇ ਸਰਦਾਰ ਸੁਖਦੇਵ ਸਿੰਘ ਨਾਲ, ਸਰਦਾਰ ਗੁਰਨਾਮ ਸਿੰਘ ਜੀ, ਔਰ ਸਾਰੇ ਸਮੁੱਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ।